ਆਪਾਂ ਚੱਲੇ ਆ ਅੱਜ ਵੋਟ ਪਾਉਣ ਵਾਸਤੇ। ਕਹਿੰਦੇ ਆ ਵੀ ਸੂਈ ਧਾਗਾ ਹੋਵੇ ਤਾਂ ਕੱਪੜਾ ਆਪੇ ਮਿਲ ਜਾਂਦਾ, ਦੋ ਆ ਰਹੇ। ਸਤਿ ਸ਼੍ਰੀ ਅਕਾਲ ਜੀ, ਕੀ ਹੈ ਤੁਹਾਡਾ ਹਾਲ ਚਾਲ ਜੀ। ਵੈਲਕਮ ਬੈਕ ਟੂ ਅਵਰ ਚੈਨਲ ਜਿਹਦਾ ਨਾਮ ਹੈ ਗਗਨ ਬੋਡੀ ਵਲੌਗਸ। ਅੱਜ ਆਪਾਂ ਹੋ ਗਏ ਆ ਰੈਡੀ ਸ਼ੈਡੀ, ਕੁੜਤਾ ਪਜਾਮਾ ਪਾ ਕੇ, ਕਿਉਂਕਿ ਆਪਾਂ ਚੱਲੇ ਹਾਂ ਅੱਜ ਵੋਟ ਪਾਉਣ ਵਾਸਤੇ। ਨਹੀਂ ਨਹੀਂ, ਅੱਜ ਹੈਗੀ ਹੈ ਜੀ 19 ਤਰੀਕ, 19 ਮਈ, ਅਤੇ ਹੈਗਾ ਸੰਡੇ, ਅਤੇ ਆਪਾਂ ਚੱਲੇ ਹਾਂ ਤਰਨ ਤਾਰਨ ਸਾਹਿਬ ਮੈਡਮ ਜੀ ਦੇ ਰਿਲੇਟਿਵਸ ਕੋਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਕੀ ਕਰ ਰਹੇ ਹੋ? ਅਲਮਾਰੀ ਨਾ ਦਿਖਾ ਦਿਓ, ਅਲਮਾਰੀ ਖਿਲਰੀ ਪਈ ਹੈ। ਸੋ ਗਰਮੀ ਤੁਹਾਨੂੰ ਪਤਾ ਬਹੁਤ ਹੋ ਗਈ ਆ, 44 ਡਿਗਰੀ ਸੈਲਸੀਅਸ ਸੀਗਾ ਕੱਲ, ਤੇ ਆਪਾਂ ਚੱਲੇ ਆ ਜੀ ਬੁਲਟ ਤੇ, ਤੇ ਦੇਖਦੇ ਆ ਜੀ ਕੀ ਹਾਲ ਬਣਦਾ। ਬੁਲਟ ਤੇ ਤਾਂ ਚੱਲੇ ਆ ਕਿਉਂਕਿ ਟਾਈਮ ਹੈਗਾ ਨਹੀਂ ਆ, ਬਹੁਤ ਘੱਟ ਵਾ। ਜੇ ਗੱਡੀ 'ਚ ਜਾਵਾਂਗੇ ਕੋਈ ਟ੍ਰੈਫਿਕ 'ਚ ਨਾ ਫਸ ਜਾਈਏ, ਕਿਉਂਕਿ ਆ ਕੇ ਬਹੁਤ ਸਾਰੇ ਕੰਮ ਹੈ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਪਾਂ ਚੱਲੇ ਆ ਟੂਰ ਤੇ। ਕਿੱਥੇ ਚੱਲੇ ਆ ਇਹਨੂੰ ਦੱਸਿਆ ਨਾ ਜੀ, ਨਹੀਂ ਮਤਲਬ ਚੱਲੇ ਆ ਤੇ ਆਪਾਂ ਸੋਚਿਆ ਕਿ ਚਲੋ ਜੀ ਬਾਈਕ ਤੇ ਜਾਵਾਂਗੇ, ਬੁਲਟ ਤੇ ਜਾਵਾਂਗੇ ਤੇ ਜਲਦੀ ਵਾਪਸ ਆ ਜਾਵਾਂਗੇ। ਤੇ ਦੂਜੀ ਗੱਲ ਮੈਂ ਸੋਚੀ ਸੀਗੀ ਵੀ ਜੇ ਬਾਈਕ ਤੇ ਜਾਵਾਂਗੇ, ਕਿਉਂਕਿ ਬਾਈਕ ਦੀ ਮੈਂ ਸਰਵਿਸ ਕਰਾਈ ਹੈ ਤੇ ਆਪਾਂ ਨੂੰ ਥੋੜਾ ਪਤਾ ਲੱਗ ਜੂਗਾ ਵੀ ਬਾਈਕ ਕਿੱਦਾਂ ਜਲਦੀ ਸਹੀ ਚੱਲਦੀ, ਕਿਉਂਕਿ ਲੌਂਗ ਰੂਟ ਤੇ ਜਾਣਾ ਵਾ, ਕਿਉਂਕਿ ਆਪੇ ਵੀ ਬੜੇ ਸਾਰੇ ਕੰਮ ਆ ਉਹ ਕਰਨੇ ਆ, ਤਾਂ ਕਰਕੇ ਕਹਿੰਦੇ ਆ ਕਿ ਜਲਦੀ ਆ। ਉਹ ਤਿਆਰੀਆਂ ਆਪਣੀਆਂ ਚੱਲਦੀਆਂ ਵਾ, ਬੈਗ ਕੱਢ ਲਿਆ ਬਾਹਰ, ਉਹ ਪਿੱਛੇ ਵੇਖੋ ਢੋਲ ਰੱਖਿਆ, ਢੋਲ ਲੈ ਕੇ ਜਾਣਾ ਨਾ ਆਪਾਂ ਤੇ ਢੋਲ ਵਜਾਉਣਾ, ਤੇ ਜਾਗੋ ਕੱਢਣੀ ਆ, ਜਾਗੋ ਵਈਆ। ਤੇ ਹੁਣ ਆਪਾਂ ਨਿਕਲਦੇ ਆ ਫਟਾਫਟ, ਟਾਈਮ ਹੋ ਗਿਆ ਜੀ 8:37, ਆਪਾਂ ਹੁਣ ਨਿਕਲਦੇ ਆ ਪਹੁੰਚਦੇ ਆ ਉੱਥੇ। 2-2.5 ਘੰਟੇ ਲੱਗਣੇ ਜਾਣ ਨੂੰ, 2-2.5 ਘੰਟੇ ਆਉਣ ਨੂੰ, ਬਾਕੀ ਟ੍ਰੈਫਿਕ ਐਂਡ ਗਰਮੀ 'ਚ ਦੇਖਾਂਗੇ ਕਿ ਕੀ ਬਣਦਾ ਆਪਣਾ ਹਾਲ। ਪਾਣੀ ਦੀ ਬੋਤਲ ਲੈ ਲਿਓ ਨਾਲ, ਇੱਥੇ ਬੁਰਾ ਹੋ ਜਾਣਾ ਹੈ ਹਾਲ। ਹਾਂਜੀ, ਇਹ ਕੀ ਹੋ ਗਿਆ? ਆਪਾਂ ਬੁਲਟ ਤੇ ਨਹੀਂ ਚੱਲੇ ਸੀ? ਬੁਲਟ ਦੀ ਚਾਬੀ ਕਿੱਥੇ ਤੁਹਾਡੀ? ਮੈਂ ਪਤਾ ਕੀ ਹੋਇਆ ਉੱਥੇ, ਵਕਤ ਬਦਲਦੀ ਹੈ, ਵਕਤ ਬਦਲਦੀ ਹੈ ਅੱਜ, ਉਹ ਕਹਿੰਦੇ ਨੀ ਇੱਕ ਦਮ ਬਹੁਤ ਬਦਲਦੀ ਹੈ, ਜਜ਼ਬਾਤ ਬਦਲਦੀ ਹੈ, ਸਭ ਕੁਛ ਬਦਲਦੀ ਹੈ। ਇਹ ਗੱਲ ਗੱਲ ਇੱਦਾਂ ਹੋਈ ਆ ਵੀ ਜਦੋਂ ਮੈਂ ਬੁਲਟ ਕੱਢਣ ਥੱਲੇ ਗਿਆ, ਹਾਂ, ਤੇ ਥੱਲੇ ਖੜੇ ਸੀ ਪਿਤਾ ਸ਼੍ਰੀ ਸਾਡੇ, ਤੇ ਮੈਂ ਬੁਲਟ ਨੂੰ ਚਾਬੀ ਲਾਈ ਆ, ਤੇ ਇੱਥੇ ਜਾਣਾ ਵਾ। ਹਾਂਜੀ, ਨਹੀਂ ਨਹੀਂ ਲੂ ਵਗਦੀ ਆ, ਕਿੱਥੇ ਨਹੀਂ ਜਾਣਾ, ਗੱਡੀ ਤੇ ਜਾਓ। ਅੱਛਾ, ਉਧਰੋਂ ਡੈਡੀ ਸ਼ੁਰੂ ਹੋਏ, ਉਧਰੋਂ ਪਾਪਾ ਜੀ, ਨਹੀਂ ਨਹੀਂ ਗੱਡੀ ਲੈ ਕੇ ਜਾਓ, ਗੱਡੀ ਲੈ ਕੇ ਜਾਓ, ਉਧਰੋਂ ਭਾ ਦਾਦਾ ਜੀ, ਉਧਰੋਂ ਚਾਚਾ ਜੀ, ਗੱਡੀ ਲੈ ਕੇ ਜਾਓ, ਉਧਰੋਂ ਭਾਬੀ ਵੀ ਗੱਡੀ ਲੈ ਕੇ ਜਾਓ, ਗਰਮੀ ਤੇ ਹੈਗੀ ਬਾਕੀ 44 ਡਿਗਰੀ ਆ, ਲੂ ਵਗਣੀ ਕਿਉਂਕਿ ਆਪਾਂ ਆਉਣਾ ਵੀ ਜਲਦੀ ਆ, ਤੇ ਰਸਤੇ ਚ ਕਿਉਂਕਿ ਆ ਕੇ ਆਪਣੇ ਕੰਮ ਬੜੇ ਆ, ਤੁਹਾਨੂੰ ਪਤਾ ਟੂਰ ਤੇ ਜਾਣਾ ਵਾ, ਇਸ ਲਈ ਆਪਾਂ ਸ਼ੋਪਿੰਗ ਵੀ ਕਰਨੀ ਆ ਥੋੜੀ। ਅੱਜ ਨਵੇਂ ਗੈਜਟ ਲੈ ਕੇ ਆਣੇ, ਤੁਹਾਨੂੰ ਦਿਖਾਵਾਂਗੇ, ਤੇ ਲੋਕ ਨਾਲ ਬਣੇ ਰਹੋ। ਐਂਡ ਉਹ ਬ੍ਰਦਰਸ ਰਾਈਡਰ ਆਪਣੇ, ਉਹਨਾਂ ਨੇ ਵੀ ਜਾਣਾ ਵੀ ਮੈਨੂੰ ਕਹਿ ਰਹੇ ਸੀਗੇ, ਪਰ ਹੁਣ ਅਚਾਨਕ ਇੱਧਰ ਜਾਣਾ ਪੈ ਗਿਆ, ਨਹੀਂ ਤੇ ਸੰਡੇ ਦਾ ਸਾਡਾ ਪਲੈਨ ਕੁਛ ਹੋਰ ਸੀਗਾ। ਤੇ ਬਾਕੀ ਹੁਣ ਦੇਖਦੇ ਆ, 9:11 ਹੋ ਗਏ ਤੁਰਦੇ ਤੁਰਦੇ ਆਪਾਂ ਨੂੰ, ਵੈਸੇ ਆਪਾਂ ਪਹੁੰਚ ਗਏ ਲਾਡੋਵਾਲ ਟੋਲ ਟੈਕਸ ਤੇ, ਕੋਈ ਨੀ ਪਹੁੰਚ ਜਾਣਾ ਵਾ।
ਮਹਿੰਗਾਈ ਨੀ ਹੋ ਗਈ ਅੱਜ ਕੱਲ ਹੁਣ ਇਹ ਪੰਗਾ ਇੱਕ ਇਹ ਪੈ ਗਿਆ ਹੁਣ ਦੋ ਥਾਵਾਂ ਤੇ ਪੈਟਰੋਲ ਪੰਪ ਰੁਕੇ ਆ ਪੈਟਰੋਲ ਨੀ ਹੈਗਾ ਜੀ ਕਹਿੰਦੇ ਕਚਹਿਰੀ ਗਿਆ ਸੀ ਕੱਲ ਮੈਂ ਤੇ ਕਚਹਿਰੀ ਜਾ ਕੇ ਮੇਰਾ ਯਾਰ ਦੋਸਤ ਉੱਥੇ ਮਿਲਿਆ ਸੀਗਾ ਮੈਨੂੰ ਕੰਮ ਸੀ ਜਦੋਂ ਕੱਲ ਮੈਂ ਲੈਣ ਗਿਆ ਸੀਗਾ ਮੈਂ ਤੇ ਮੈਂ ਦੱਸ ਦਿੰਦਾ ਚਲੋ ਪਹਿਲੀ ਵਾਰੀ ਜ਼ਿੰਦਗੀ ਚਲਾਨ ਹੋਇਆ ਮੇਰਾ ਇੰਨਾ ਭਾਰਾ ਪੈ ਗਿਆ ਮੈਨੂੰ ਕੱਲ ਮੈਂ ਗਿਆ ਜਦੋਂ ਕਚਹਿਰੀ ਆਪਣਾ ਮੈਂ ਕਿਹਾ ਠੂਰ ਤੇ ਜਾਣਾ ਨਾਲੇ ਹਨਾ ਲਾਇਸੈਂਸ ਚਾਹੀਦਾ ਵਾ ਇਸ ਲਈ ਫਿਰ ਆਪਾਂ 3 ਮਹੀਨੇ ਤਾਂ ਵੈਸੇ ਵੀ ਮੈਨੂੰ ਹੋ ਹੀ ਗਏ ਸੀਗੇ 3 ਮਹੀਨੇ ਸਸਪੈਂਡ ਕਰਤਾ ਸੀਗਾ ਮੈਂ ਚਲਾਇਆ ਚੱਜ ਨਾਲ ਤੇ ਹੁਣ ਚੱਲੇ ਆ ਲੰਬੇ ਟੂਰ ਤੇ ਮੈਂ ਕੱਲ ਪੁੱਛਿਆ ਸੀਗਾ ਮੈਂ ਕਿਹਾ ਵੀ ਮੇਰੀ ਵਾਈਫ ਹੈਗੇ ਆ ਤਾਂ ਤੇ ਉਹਨਾਂ ਦਾ ਮੈਂ ਲਾਇਸੈਂਸ ਬਣਵਾਉਣਾ ਵਾ ਇਹ ਕਹਿੰਦੇ ਕੋਈ ਨੀ ਜਿਹੜਾ ਕੰਮ ਹੋਇਆ ਮੈਨੂੰ ਦੱਸ ਦਿਆ ਕਰੋ ਮੇਰਾ ਯਾਰ ਖਾਸ ਸੀ ਚਲੋ ਬਣ ਗਿਆ ਬੰਦਾ ਤੇ ਮੈਂ ਕਿਹਾ ਚਲੋ ਤੁਹਾਡਾ ਆਪਾਂ ਲਾਇਸੈਂਸ ਬਣਵਾ ਲੈਣਾ ਅਪਲਾਈ ਕਰਵਾ ਦਿੰਦੇ ਹਾਂ ਕਰਾ ਲਈਏ ਫਿਰ ਨਹੀਂ ਤਾਂ ਫਿਰ ਏਦਾਂ ਹੋਊਗਾ ਨਾ ਆਹ ਚਲਾਨ ਜੋਗੀ ਤਾਂ ਸਾਰਾ ਕੁਛ ਕਿੱਥੇ ਗੇਅਰ ਕਲੱਚ ਬ੍ਰੇਕਾਂ ਸਾਰਾ ਕੁਛ ਭੁੱਲ ਭੁੱਲ ਗਿਆ ਉਸ ਤੋਂ ਬਾਅਦ ਫੇਰ ਸ਼ੁਰੂ ਤੋਂ ਸ਼ੁਰੂ ਏਦਾਂ ਦੀ ਗੱਡੀ ਆ ਗਈ ਫਿਰ ਮੈਨੂੰ ਬੜਾ ਬਾਬਾ ਜੀ ਨੇ ਸੁਣ ਲਈ ਬਾਬਾ ਜੀ ਨੇ ਨਹੀਂ ਸੁਣੀ ਲੱਗਦਾ ਕਿਉਂ ਲੱਗਦਾ ਵੀ ਖਾਲੀ ਆ ਯਾਰ ਏਦਾਂ ਨਾ ਕਰੋ ਬਾਬਾ ਜੀ ਕੰਮ ਖਰਾਬ ਹੋ ਜੂਗਾ ਫਿਰ ਪੈਟਰੋਲ ਗੱਡੀ ਚ ਡੀਜ਼ਲ ਪਵਾ ਲੋ ਇੱਕ ਮਿੰਟ ਚ ਨਾ ਪਹੁੰਚ ਜਾਂਗੇ ਇੱਕ ਮਿੰਟ ਤੇ ਨਹੀਂ ਚਲੋ ਇੱਕ ਮਿੰਟ ਤੋਂ ਜਿਆਦਾ ਹੋ ਗਿਆ ਅੱਧੇ ਮਿੰਟ ਪਹੁੰਚ ਜਾਂਗੇ ਬੜੇ ਤੀ ਹੈਗੇ ਨਾ ਵੇ ਉਹ ਕੀ ਕਰਦੇ ਪਏ ਭਲਾ ਕੀ ਕਿੱਥੇ ਖੁਦਾਈ 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 ਬੰਦਗੀ ਇਸ਼ਕ ਕਰਨਾ ਮੈਂ ਕਹਾਂ ਗੱਡੀ ਤੁਸੀਂ ਟੇਢੀ ਕਿਉਂ ਆ ਉਹ ਵੀ ਪੈਂਚਰ ਹੋਈ ਪਈ ਵਿਚਾਰੀ ਪੈਂਚਰ ਵੀ ਪੈਂਚਰ ਤੋਂ ਵੀ ਪੈਂਚਰ ਹੋਇਆ ਹੁੰਦਾ ਨਾ ਜਿਹੜਾ ਕੰਮ ਮਤਲਬ ਮੈਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਤੁਹਾਡਾ ਐਦਾਂ ਹੀ ਚੱਲ ਜਾਂਦਾ ਤੁਸੀਂ ਉੱਤੋਂ ਹੀ ਦੇਖ ਲਈ ਹੋਣੀ ਹੈ ਨਾ ਗੱਡੀ ਹਾਂ ਮੈਂ ਕਿਹਾ ਗੱਡੀ ਨੀਵੀ ਆ ਦੇਖਣਾ ਅੱਗੋਂ ਦੀ ਫਰੰਟ ਤੋਂ ਨੀਵੀ ਆ ਪੈਂਚਰ ਨੂੰ ਟਾਇਰ ਦੇਖਿਆ ਟਾਇਰ ਤਾਂ ਵਿਚਾਰੇ ਦੇ ਪਾਸੇ ਪਾਸੇ ਭੰਨੇ ਪਏ ਉਹਨਾਂ ਨੇ ਗੱਡੀ ਟਿਪ ਟਿਪ ਕਰਾਉਂਦੀ ਆਪਣੀ
ਟ੍ਰੇਲ ਪਵਾ ਲੈਣਾ। ਸ਼ੁਕਰ ਦਾਤਿਆ ਸ਼ੁਕਰ ਤੇਲ ਮਿਲ ਗਿਆ ਆਪਾਂ ਨੂੰ ਪੈਟਰੋਲ। ਇੱਥੇ ਮੈਨੂੰ ਇੱਦਾਂ ਲੱਗ ਰਿਹਾ ਸੀ ਵੀ ਤੇਲ ਮਿਲਣਾ ਨਹੀਂ, ਡੀਜ਼ਲ ਹੀ ਪਈ ਜਾਂਦੇ ਤੇਰੇ। ਤੇ ਬਾਕੀ ਮੈਂ ਤਾਂ ਸ਼ੁਕਰ ਹੀ ਕਰਦਾ, ਜੋ ਹੁੰਦਾ ਚੰਗੇ ਨਹੀਂ ਹੁੰਦਾ ਕਹਿੰਦੇ। ਬਾਹਰ ਗਰਮੀ ਦੇਖ ਲਓ ਕਿੰਨੀ ਆ, ਸਹੀ ਗੱਲ ਆ, ਬਾਹਰ ਧੁੱਪ ਬੜੀ ਜ਼ਿਆਦਾ ਲੱਗਦੀ ਪਈ ਆ। ਲੋਕੀ ਕਿੱਲੇ ਪਰਨੇ ਕਰ ਕਰਕੇ ਆਪਣੇ ਉੱਤੇ ਲੈ ਕੇ ਤੇ ਫੇਰ ਨਿਕਲਦੇ ਪਏ, ਫੇਰ ਨਿਕਲਦੇ ਪਏ ਕਿੱਲੇ ਪਰਨੇ ਕਰ ਕੇ। ਸਾਡੇ ਪੱਕਾ ਦੇ ਰੰਗ ਸਾਡੇ ਕੁੜਕਣ ਲੱਗੇ ਹੋਣੇ ਸੀ ਤੇ ਅੱਧੇ ਮੂੰਹ ਮੇਰੇ ਨੀਲੇ ਹੋਏ ਹੋਣੇ। ਕਹਿੰਦੇ ਨੇ ਜੋ ਹੁੰਦਾ ਚੰਗੇ ਲਈ ਹੁੰਦਾ, ਹੁਣ ਆਪਾਂ ਚੰਗੇ ਚੰਗੇ ਜਾ ਰਹੇ ਹਾਂ ਪਹੁੰਚ ਕੇ। ਚਲੋ ਬਾਕੀ ਆਪਾਂ ਵੈਸੇ ਮੇਨ ਤਰਨ ਤਾਰਨ ਸਾਹਿਬ ਤਾਂ ਜਾ ਰਹੇ ਹਾਂ ਵੀ ਉੱਥੇ ਹੈਗਾ ਰਿਲੇਟਿਵ ਸਾਡੇ ਰਹਿੰਦੇ ਨੇ, ਮਤਲਬ ਦੀਦੀ ਜੇ ਵੱਡੇ ਜਿਹੜੇ ਉਹਨਾਂ ਦੇ ਰਿਲੇਟਿਵ, ਉਹਨਾਂ ਦੇ ਭੋਗ ਹੈਗਾ ਉੱਥੇ ਤੇ ਬਜ਼ੁਰਗ ਸੀਗੇ ਉਹਨਾਂ ਦੇ ਫੁੱਫੜ ਜੀ ਲੰਬੇ ਪਲੱਸ ਦੱਸਦੇ ਪਏ ਵੈਸੇ, ਤੇ ਉਹਨਾਂ ਦੇ ਭੋਗ ਤੇ ਜਾ ਰਹੇ ਹਾਂ। ਬਾਕੀ ਮੰਮੀ ਪਾਪਾ ਹੁਣੀ ਕੱਲ ਚੱਲ ਗਏ ਸੀਗੇ, ਕੱਲ ਕੇ ਪਰਸੋਂ ਗਏ ਮੰਮੀ ਪਾਪਾ ਹੁਣੀ ਕੱਲ ਚੱਲ ਗਏ ਸੀਗੇ ਬੱਸ ਤੇ, ਕਿਉਂਕਿ ਉਹਨਾਂ ਨੇ ਹੋਰ ਰਿਲੇਟਿਵ ਜਾਣਾ ਸੀ ਅੰਮ੍ਰਿਤਸਰ ਵੇਰਕੇ ਵਗੈਰਾ ਜਾਣਾ ਸੀ ਨਾ ਮਾਸੀ ਕੋਲ ਮੰਮੀ ਕੋਲ, ਤੇ ਉਹ ਅੱਜ ਸਿੱਧਾ ਭੋਗ ਤੇ ਸਾਨੂੰ ਮਿਲ ਗਏ ਤੇ ਆਪਾਂ ਫਿਰ ਵੀ ਅੱਜ ਸਿੱਧਾ ਉੱਥੋਂ ਦੀ ਜਲਦੀ ਜਲਦੀ ਵਾਪਸੀ ਕਰ ਲੈਣੀ। ਉਹ ਕਿੰਨੀਆਂ ਲਾਈਨ ਬਣਾ ਕੇ ਸੇਮ ਸੇਮ ਗੱਡੀਆਂ ਜਾਂਦੀਆਂ ਤੇ ਆਪਾਂ ਆ ਜਾਣਾ ਵਾਪਸ। ਦੇਖੋ ਜੀ ਆਪਣੇ ਨਾਲ ਕੋਈ ਆਉਣਾ ਚਾਹੂਗਾ, ਆਪਣੇ ਨਾਲ ਕੋਈ ਜਾਣਾ ਚਾਹੂਗਾ, ਕੋਈ ਚਾਹ ਵਾਲਾ ਹੋਊਗਾ ਤੇ ਆ ਜਾਊਗਾ। ਦੋ ਸੀਟਾਂ ਖਾਲੀ ਪਈਆਂ, ਤਿੰਨ ਦੋ ਸੀਟਾਂ ਖਾਲੀ ਪਈਆਂ ਵਿਦ ਏਸੀ, ਏਸੀ ਸੀਟਾਂ ਵਾ ਬੁਕਿੰਗ ਕਰਾ ਲਓ। ਉਹਨਾਂ ਨੂੰ ਕਵਾਂਗੇ ਬੁਕਿੰਗ ਕਰਾ ਲਓ, ਤੇਲ ਅਸੀਂ ਅੱਧਾ ਪਵਾ ਲਿਆ, ਅੱਧਾ ਤੁਸੀਂ ਪਵਾ ਲਓ। ਇਹ ਵੀ ਸਹੀ ਆ। ਹਾਂਜੀ ਹੱਥ 'ਚ ਮੇਰੇ ਗੰਨੇ ਦਾ ਜੂਸ ਰਸ ਤੇ ਕੋਲ ਮੇਰੇ ਖੱਟੇ ਲੱਡੂ। ਬਿਆਸ ਆਏ ਹੋਈਏ ਤੇ ਖੱਟੇ ਲੱਡੂ ਨਾ ਖਾਈਏ, ਇੱਦਾਂ ਹੋ ਸਕਦਾ। ਬਿਆਸ ਦੇ ਖੱਟੇ ਲੱਡੂ ਫੇਮਸ ਆ। ਗਗਨ ਨੂੰ ਲੱਗੀ ਸੀਗੀ ਬੜੀ ਜ਼ੋਰ ਦੀ ਭੁੱਖ, ਰੁਕੇ ਸੀਗੇ ਇੱਥੇ, ਗੰਨੇ ਦਾ ਰਸ ਵੀ ਲੱਗ ਗਿਆ ਸੀਗਾ, ਨਾਲੇ ਸੋਚਿਆ ਖੱਟੇ ਲੱਡੂ ਖਾ ਲੈਂਦੇ ਹਾਂ, ਨਾਲੇ ਸੋਚਿਆ ਗੰਨੇ ਦਾ ਜੂਸ ਪੀ ਲੈਂਦੇ ਹਾਂ। ਤੇ ਗਗਨ ਉੱਥੇ ਕਰਵਾ ਰਹੇ ਆ, ਪੇਮੈਂਟ ਆ ਗਿਆ ਜੀ, ਹੋ ਗਈ। ਮੈਂ ਕਿਹਾ ਲਾ ਹੀ ਲਈਏ ਬ੍ਰੇਕ ਫਿਰ ਰਿਹਾ। ਗਰਭਾਟ ਹੁੰਦੀ ਗਰਭਾਟ, ਇਹ ਬਾਹਰ ਨਿਕਲ ਕੇ ਹੋਰ ਲਾਉਣ ਲੱਪੀ ਸੁਸੂ ਆਇਆ ਸੀ, ਸੁਸੂ ਹੁਣ ਸੁਕ ਵਾਂਗੜੂ, ਹੁਣ ਸੁਕ ਵਾਂਗੜੂ ਡੋਲ ਨਾ ਦੇ। ਮੈਂ ਬਾਹਰ ਨਿਕਲਿਆ, ਓਏ ਧਿਆਨ ਸੇ ਬੀਟੇ ਨਹੀਂ ਕਰਨੀ ਬਾਹਰ। ਆਹਾਂ ਫੇਰ ਹੁਣ ਕੀ ਬਣਦਾ ਜਾਂਦਾ, ਆਂਦੇ ਆਪਾਂ ਬੁਲਟ ਤੇ। ਸ਼ੁਕਰ ਦਾਤਾ ਸ਼ੁਕਰ। ਚਲੋ ਛਕੋ, ਮੈਂ ਕਿਹਾ ਕਿੱਲੇ ਲੈਣੇ ਆ, ਦੋਵੇਂ ਖਾ ਲਾਂਗੇ ਥੋੜੀ ਥੋੜੀ। ਮੇਰਾ ਤਾਂ ਦਿਲ ਹੀ ਨਹੀਂ ਕਰ ਰਿਹਾ, ਤੁਸੀਂ ਖਾਓ ਥੋੜਾ ਢਿੱਡ ਜਿਹਾ ਆਸਰਾ ਹੋ ਜਾਊਗਾ ਮਾੜਾ। ਗੰਨੇ ਦਾ ਰਸ ਵੇ ਹੁੰਦਾ ਤੇ ਮਿੱਠਾ ਹੀ ਆ, ਇਹਨ ਪੀ ਕੇ ਹੋਰ ਘਬਰਾ ਗਈ। ਨਾਲੇ ਬਿਆਸ ਦੇ ਵੈਸੇ ਸਪੈਸ਼ਲ ਹੁੰਦੇ ਆ, ਪਰ ਇਹ ਹੈਗੇ ਨਹੀਂ ਵੈਸੇ ਸਪੈਸ਼ਲ, ਪਰ ਖਾ ਲੈਣਾ। ਚਲੋ ਪਹਿਲਾਂ ਹੁੰਦੇ ਸੀ, ਹੁਣ ਕੁਛ ਸਪੈਸ਼ਲ ਸਪੈਸ਼ਲ ਨਹੀਂ, ਇੱਦਾਂ ਹੀ ਮਿਲਦੇ ਸਾਰਾ ਕੁਛ। ਸਵਾਦ ਗੰਦੇ ਹੱਥਾਂ ਵਾਲੇ ਸਵਾਦ ਹੀ ਹੁੰਦੇ ਆ। ਉਹ ਤਾਂ ਦੇਖੋ ਮੀਂਹ ਜਾਂਦੇ ਆ ਆਪਾਂ। ਰਾਹ ਬੜਾ ਲੰਬਾ ਸੀਗਾ, ਇੱਥੇ ਆ ਕੇ ਗੱਲ ਕਰਵਾਈ ਜੀਜੂ ਦੇ ਨਾਲ ਕਿ ਕਿੱਥੇ ਆ ਘਰ, ਸਾਨੂੰ ਪਤਾ ਨਹੀਂ ਲੱਗਦਾ ਪਿਆ ਤੇ ਉਹ ਭਾਈ ਸਾਹਿਬ ਅੱਗੇ ਅੱਗੇ ਜਾ ਰਹੇ ਆ। ਨਾਲੇ ਦਿਲ ਵੈਸੇ ਬਹੁਤ ਖੁੱਲੇ ਹੁੰਦੇ ਨੇ ਪੀਲੇ ਪਰਨੇ ਵਾਲੇ, ਉਹ ਰਸਤੇ ਵੀ ਸਾਨੂੰ ਮਿਲੇ ਤੇ ਕਹਿੰਦੇ ਵੀ ਤੁਸੀਂ ਉਹਨਾਂ ਦੇ ਘਰੇ ਜਾਣਾ ਵਾ ਨਾਮ ਲੈ ਕੇ। ਹਾਂ ਤੇ ਕਹਿੰਦੇ ਹਾਂਜੀ, ਕਹਿੰਦੇ ਆ ਜਾਓ ਅਸੀਂ, ਮੈਂ ਤੁਹਾਨੂੰ ਛੱਡ ਕੇ ਆਉਂਦਾ ਵਾ ਮੇਰੇ ਮਗਰ ਮਗਰ ਆ ਜਾਓ। ਅਗਲੇ ਨੇ ਮੋਟਰਸਾਈਕਲ ਚੱਕਿਆ, ਪਿੱਛੇ ਅਸੀਂ ਲਾਲੀ ਗੱਡੀ। ਹਾਂ ਕਿੱਡੇ ਹੈ ਨਾ, ਕਹਿੰਦੇ ਤੁਸੀਂ ਆ ਜਾਓ, ਖੁੱਲੇ ਦਿਲ ਵਾਲੇ ਹੁੰਦੇ ਪਿੰਡ ਵਾਲੇ। ਸਹੀ ਗੱਲ ਆ,
ਸ਼ਹਿਰਾਂ ਵਾਲੇ ਕਹਿਣ ਤਾਂ ਉੱਥੇ ਉੱਥੇ ਖੱਬੇ ਮੁੜ ਜਾਓ ਸੱਜੇ ਮੁੜ ਜਾਓ ਨਹੀਂ ਪਾਉ ਉਹ ਲੋਕੇਸ਼ਨ ਲਾ ਲਾ ਲੈਂਦੇ ਨਾ ਚਲੋ ਅਗਲਾ ਛੱਡਣ ਜਾ ਰਹੇ ਹਾਂ ਧੰਨਵਾਦ ਵੀਰੇ ਸਾਡਾ ਵਲੌਗ ਜ਼ਰੂਰ ਦੇਖਿਓ ਠੀਕ ਆ ਚੱਲੇ ਵਾਪਸੀ ਤੇ ਆਏ ਇਕੱਲੇ ਸੀ ਲੈ ਗਏ ਧੁੱਪ ਵੇਖੋ ਸੋਨੇ ਦੀ ਧੁੱਪ ਦੇ ਦੀ ਸੋਨੇ ਦੀ ਸਤਿ ਸ੍ਰੀ ਅਕਾਲ ਉਹ ਆਹੋ ਸੱਚ ਉੱਥੇ ਤੁਰਨ ਵੇਲੇ ਨਾ ਉਹ ਦੇਖ ਗਿਆ ਮੈਨੂੰ ਮਿਰਚਾਂ ਦਾ ਬੂਟਾ ਦੇਖੋ ਮੈਂ ਕਿੰਨੀਆਂ ਬੜੀਆਂ ਤੋੜ ਕੇ ਲੈ ਗਈ ਤੋੜ ਕੇ ਤੇ ਨਾ ਉਹ ਲਿਫਾਫਾ ਤਾਂ ਕੋਈ ਲੱਭਿਆ ਨੀ ਮੈਂ ਇੱਦਾਂ ਹੀ ਪਾ ਲਈਆਂ ਚੱਲ ਘਰੇ ਜਾਏ ਕੰਮ ਆਊਗੀਆਂ ਨਹੀਂ ਨਹੀਂ ਕੌੜੀਆਂ ਤੇ ਹੋਊਗੀਆਂ ਮਾੜੀਆਂ ਮੋਟੀਆਂ ਸਬਜ਼ੀ ਚ ਪਾਣ ਚੁੱਕੀਆਂ ਤੇ ਹੋਊਗੀਆਂ ਹੀ ਖਾ ਕੇ ਵੇਖਣੀ ਬਣੀ ਖਾਣੀ ਤੁਸੀਂ ਖਾਣੀ ਮਾਸੀ ਮਾਸੀ ਜਿੱਥੋਂ ਨਹੀਂ ਨਹੀਂ ਹੈਗੇ ਮਾਸੀ ਦੇ ਨਾ ਉਹ ਦੰਦ ਦੀ ਲੋੜ ਹੀ ਨੀ ਗੀ ਜੀਭ ਲਾ ਕੇ ਪਤਾ ਲੱਗ ਜਾਣਾ ਮਾਸੀ ਨੇ ਕੋਕੋਨਟ ਵਾਲਾ ਏਡਾ ਮਤਲਬ ਕਿ ਉਹ ਸਖਤ ਬਿਸਕੁਟ ਖਾ ਲਿਆ ਤੇ ਮਾਸੀ ਤੋਂ ਮਿਰਚ ਨੀ ਖਾਧੀ ਜਾਣੀ ਹੈ ਨਾ ਤੇ ਆਪਾਂ ਪਹੁੰਚ ਗਏ ਜੀ ਹੁਣ ਤਰਨ ਤਾਰਨ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਸਭ ਤੋਂ ਵੱਡਾ ਸਰੋਵਰ ਦੁਨੀਆਂ ਦਾ ਸਭ ਤੋਂ ਵੱਡਾ ਸਰੋਵਰ ਇੱਥੇ ਹੈਗਾ ਵਾ ਅਤੇ ਜਿਹੜੇ ਉਤਾਰਲੇ ਅੰਦਰ ਪਹੁੰਚ ਗਏ ਦਰਸ਼ਨ ਕਰਦੇ ਹਾਂ ਅਸੀਂ ਪਹਿਲਾਂ ਲੰਘਦੇ ਹੋਏ ਇੱਧਰੋਂ ਗਏ ਸੀਗੇ ਬਟ ਉਦੋਂ ਟਾਈਮ ਨਹੀਂ ਥੋੜ੍ਹਾ ਟਾਈਮ ਛੋਟੇ ਸੀਗੇ ਇਸ ਲਈ ਆਪਾਂ ਦੁਬਾਰਾ ਕਿਹਾ ਸੀ ਕਿ ਵਾਪਸੀ 'ਤੇ ਮੱਥਾ ਟੇਕ ਕੇ ਜਾਵਾਂਗੇ ਵਾਪਸੀ 'ਤੇ ਆਏ ਹਾਂ ਵਾਪਸੀ 'ਤੇ ਆਏ ਹਾਂ ਅਤੇ ਹੁਣ ਆਪਾਂ ਮੱਥਾ ਟੇਕਦੇ ਹਾਂ ਅਸੀਂ ਵੀ ਟੇਕਦੇ ਤੁਸੀਂ ਵੀ ਟੇਕੋ ਦਰਸ਼ਨ ਕਰੋ ਹਾਂਜੀ ਗੁਰਦੁਆਰਾ ਸਾਹਿਬ ਸਭ ਤੋਂ ਵੱਡਾ ਸਰੋਵਰ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌ ਨਿਹਾਲ ਸਿੰਘ ਨੇ ਤਿੰਨ ਮੰਜ਼ਿਲਾ ਮੀਨਾਰ ਬਣਾਇਆ ਤਿੰਨ ਮੰਜ਼ਿਲ ਤਿੰਨ ਮੰਜ਼ਿਲ ਵੀ ਕਿੰਨੇ ਤਗੜੇ ਤਗੜੇ ਆ 156 ਫੁੱਟ ਰਿਪੀਟ ਪੇ ਰਿਪੀਟ ਰਿਪੀਟ ਐਂਡ ਈਟ ਈਟ ਲੱਡੂ ਹਾਂ ਲੱਡੂ ਮੈਂ ਕਿਹਾ ਯਾ ਆਪਾਂ ਖਾ ਕੇ ਤੁਰੇ ਰਹਿਣ ਦਿੰਦੇ ਆ ਨਹੀਂ ਨਹੀਂ ਹੁਣ ਇਕੱਲੀ ਇਕੱਲੀ ਪਲੇਟ ਖਾਵਾਂਗੇ ਮੈਂ ਆਪਾਂ ਕਹਿੰਦੇ ਕਿਤੇ ਫੋਨ ਆਇਆ ਵਾ ਹਾਂ ਉਹ ਕਹਿੰਦੇ ਕੌਣ ਆ ਮੈਂ ਕਿਹਾ ਮੈਂ ਆ ਨਜ਼ਾਰੇ ਦੋ ਆ ਰਹੇ ਫਿਰ ਦੋ ਹੈ ਬੜਾ ਸਹੀ ਮਿਲਣਾ ਚੰਗਾ ਤੁਸੀਂ ਫੋਨ ਲੈ ਕੇ ਆਉਂਦਾ ਟੈਸਟ ਕਰਾ ਰਹੀ ਹੈ
ਚਾਰ ਜਣੇ ਬਹਿ ਬਹਿ ਗਏ ਇੱਥੇ ਤੁਸੀਂ ਬੈਠੇ ਚਾਰ ਜਣੇ ਏਡੇ ਏਡੇ ਲਾਉਣ ਹੋ ਗਿਆ ਨਾ ਬਸ ਠੀਕ ਹੈ ਚਾਰ ਇਹਦਾ ਅੰਡਾ ਜਿਹਾ ਬਣ ਗਿਆ ਥੋੜਾ ਚਾਰ ਹਿੱਸਿਆਂ ਜਾਊਗਾ ਹੁਣ ਕੌਂਟਰੀ ਪਾ ਲਿਓ ਠੀਕ ਹੈ ਮੈਂ ਕੀ ਕਹਿ ਰਿਹਾ ਕੌਂਟਰੀ ਪਾ ਲਿਓ ਫਿਰ ਉਹ ਹਵਾ ਘੱਟ ਵਾ ਕੌਂਟਰੀ ਪਾ ਲਿਓ ਕੌਂਟਰ ਨਾ ਲਾ ਲਈ ਇੱਥੇ ਕੰਗ੍ਰੈਚੁਲੇਸ਼ਨਸ ਐਂਜੁਲੇਸ਼ਨ ਓਏ ਹੋਏ 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 ਬ੍ਰੈਂਡ ਨਿਊ ਕਰੋ ਚੈੱਕ ਮੁੰਡੇ ਦਾ ਨਵਾਂ ਆਈਫੋਨ ਸਹੀ ਆ ਰਹੀ ਹੈ ਫੋਟੋ ਮੇਰੀ ਸੱਚੀ ਕਿੱਥੇ ਕੈਮਰਾ ਇਹਦਾ ਮੁੰਡੇ ਦੀ ਫੋਟੋ ਖਿੱਚ ਕੇ ਵੇਖੀਏ ਜਰਾ ਕ ਚੈੱਕ ਕਰੋ ਤੁਸੀਂ ਪੱਗ ਦਾ ਕਲਰ ਇੱਥੇ ਦੇਖੋ ਤੇ ਇੱਥੇ ਦੇਖੋ ਹਨਾ ਹੈਗੀ ਨਾ ਗੱਲਬਾਤ ਆ ਗਏ ਤੁਸੀਂ ਹੋਰ ਕੀ ਹੋਰ ਕੀ ਆ ਗਏ ਤੁਸੀਂ ਕੈਮਰੇ ਚ ਨਵੇਂ ਫੋਨ ਦੇ ਕੈਮਰੇ ਚ ਹੁਣ ਆਪਾਂ ਪਹੁੰਚ ਗਏ ਘਰੇ ਜੀ 11:30 ਹੋ ਗਏ ਆ ਤੇ ਸਵੇਰ ਦੇ ਨਿਕਲੇ ਤੁਹਾਨੂੰ ਪਤਾ 7 ਦੇ ਰਹੀ ਉੱਠ ਕੇ ਤਿਆਰ ਹੋਣਾ ਸ਼ੁਰੂ ਹੋਏ ਪਹਿਲਾਂ ਪਿੰਡ ਗਏ ਉੱਥੇ ਭੋਗ ਤੇ ਅਤੇ ਦਰਸ਼ਨ ਕੀਤੇ ਤਰਨ ਤਾਰਨ ਸਾਹਿਬ ਉਸ ਤੋਂ ਬਾਅਦ ਮੈਂ ਚੱਲ ਗਿਆ ਸੀ ਥੋੜ੍ਹਾ ਕੰਮ ਸੀ ਮੈਨੂੰ ਅਤੇ ਉਸ ਤੋਂ ਬਾਅਦ ਦੈਨ ਭਾਈ ਸਾਹਿਬ ਦਾ ਆ ਗਿਆ ਫੋਨ ਕਹਿੰਦੇ ਵੀ ਨਵਾਂ ਫੋਨ ਲੈਣਾ ਅਤੇ ਪਹੁੰਚ ਜਾਓ ਫਟਾਫਟ ਆਪਾਂ ਉੱਧਰੋਂ ਦੀ ਉੱਧਰ ਸਿੱਧਾ ਪਹੁੰਚ ਗਏ ਸ਼ੋਪ 'ਤੇ ਅਤੇ ਭਾਈ ਸਾਹਿਬ ਨੇ ਲਿਆ ਹੀ ਲਿਆ ਫੋਨ ਫਿਰ ਹੈ ਨਿੱਕੇ ਭਾਈ ਸਾਡੇ ਚਮਕੌਰ ਸਿੰਘ ਕਿਵੇਂ ਦਾ ਲੱਗ ਰਿਹਾ ਫਿਰ ਪੈਸੇ ਖਰਚ ਕੇ ਬੜਾ ਸਮਝ ਆਇਆ ਮੈਂ ਆਪਣੇ ਮਨ ਨੂੰ ਮੈਂ ਨਾ ਲਵਾਂ ਪਰ ਲੈਣਾ ਪੈ ਗਿਆ ਹੈ ਮੈਨੂੰ ਫੋਨ ਦੀ ਬਾਕੀ ਹਮ ਲੋਕ ਇੱਥੇ ਖਤਮ ਕਰਦੇ ਆ ਲੋਕ ਜੋ ਚੰਗਾ ਲੱਗਾ ਮਾੜਾ ਲੱਗਾ ਜ਼ਰੂਰ ਦੱਸਿਓ ਹੁਣ ਆਪਾਂ ਬਹੁਤ ਆਪਾਂ ਖੱਪ ਵੀ ਕੀਤੀ ਤੇ ਇੱਕ ਹੱਥ ਤੁਹਾਨੂੰ ਦਿਖਾਇਆ ਸੀਗਾ ਬਾਈਕ ਤੇ ਜਿਹਦਾ ਜਿਹੜਾ ਨਿਸ਼ਾਨ ਲੱਗਿਆ ਤਾਂ ਬੂਟ ਵਿਚਾਰੇ ਦਾ ਸੜ ਗਿਆ ਜਿੱਦਾਂ ਇਹਦਾ ਸੜਿਆ ਸੀਗਾ ਉੱਥੇ ਸਲੈਂਸਰ ਜਿੱਦਾਂ ਤੇਰਾ ਤੇਰਾ ਨਹੀਂ ਸੜਾਈ ਬੂਟ ਚੱਜ ਨਾਲ ਉੱਥੇ ਰਸਤੇ ਚ ਬਰਗਰ ਚੱਕਿਆ ਐਂਡ ਮੈਡਮ ਜੀ ਬਣਾ ਰਹੇ ਨੇ ਇੱਥੇ ਆਪਣੇ ਕੀ ਕਹਿੰਦੇ ਇਹਨੂੰ ਸੈਂਡਵਿਚ ਤੇ ਚਲੋ ਬਾਕੀ ਇੱਥੇ ਵਲੌਗ ਖਤਮ ਕਰਦੇ ਆ ਤੇ ਮਿਲਦੇ ਅਗਲੇ ਵਲੌਗ 'ਚ ਤੇ ਵਲੌਗ ਨਾਲ ਬਣੇ ਰਹੋ ਚੈਨਲ ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਰਨਾ ਨਾ ਭੁੱਲਿਓ ਤੁਸੀਂ ਕਹਿਣਾ ਚਾਹੋਗੇ ਕੁਛ ਫਿਰ ਕਿਆ ਮੂੰਹ ਤੇ ਉਹੀ ਆ ਓਕੇ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ ਹੈਵ ਅ ਨਾਈਸ ਨਾਈਟ